इजी कुकिंग भाई परमजीत कौर फ्रॉम मोहाली भी थोड़ा स्वागत है। आज असी कच्चे अंब का मिठा अचार बनावांगे। 1 केजी असी कच्चे अंब लाए सी ते इहदा असी बाकी असी कटिंग करके रखियो नहीं। एक अंब तुहानूं कट के दिखाने हां। इस अंब दे समेत इहदा जिहड़ा पल्प है वो 500 ग्राम है। आ देखो जी इहदा असी अग्गों जिहड़ा असी इहदे डंडी है ये कट देनी, इत्थों कट देना ते इहनूं उस तों बाद असी हार छिलका इहदा उतार लेना। उस तों बाद इहनूं असी छोटे छोटे पीसिस कर लेना। हाँ देखो जी असी ग्रीन छिलका इहदा उतार दिता। उस तों बाद असी इहनूं छोटे छोटे पीसिस कर लेना। हाँ देखो इस तरह लंबाई 'च असी इहनूं पीसिस कर लेना। देखो जी हार्ड पार्ट असी ग्रीन भी उतारता है ते इहदी गिटक भी असी अलग कटती। असी इहदे वास्ते अंब भी ओह वाला कच्चा लैना जिहदी गिटक पक्की हुई हुंदी है, कच्ची गिटक वाला अंब नहीं लैना। हाँ देखो जी गिटक इहदी अलग कट दित्ती असी। हाँ इस तरह असी पीसिस इहदे कर लें। ਜਿਹੜੇ ਪੈਂਚ ਅਸੀਂ ਇਹਨੂੰ ਬਣਾਉਣਾ ਸੀ ਉਹਦੇ 'ਚ ਅਸੀਂ ਇਹਨੂੰ ਸ਼ਿਫਟ ਕਰ ਦਿੱਤੇ ਅਤੇ ਉਸ ਤੋਂ ਬਾਅਦ ਅਸੀਂ ਇਹ ਸ਼ੂਗਰ ਐਡ ਕਰਨੀ ਹੈ। ਸ਼ੂਗਰ ਸਾਡੀ 350 ਗ੍ਰਾਮ ਹੈ। ਸ਼ੂਗਰ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਨਾ। ਬਹੁਤ ਅੱਛੀ ਤਰ੍ਹਾਂ ਅਸੀਂ ਇਹਨੂੰ ਚੀਨੀ ਔਰ ਅੰਬ ਦੇ ਪੀਸਿਸ ਨੂੰ ਮਿਕਸ ਕਰਤਾ। ਹੁਣ ਅਸੀਂ ਢੱਕਣ ਦੇ ਕੇ 2 ਘੰਟੇ ਇਹਨੂੰ ਅਸੀਂ ਰੱਖ ਦੇਣਾ। 2 ਘੰਟੇ ਤੋਂ ਬਾਅਦ ਅਸੀਂ बनाना शुरू करांगे। 2 घंटे हो गए जी, चीनी साड़ी पूरी तरह मेल्ट हो गई। आ देखो जी तो हुण असीं इहनूं बनाना शुरू करदे हां। असीं मीडियम फ्लेम ते इहनूं कुक करना जी। उदों तक कुक करना जद तक इह पूरी तरह गाढ़ा नहीं हो जांदा ते जद तक इह हुंदा जद तक असीं इहदे मसाले जिहड़े असीं ਤੁਹਾਨੂੰ ਦਿਖਾਉਣੇ ਜਿਹੜੇ ਇਹਦੇ ਵਿੱਚ ਪਾਉਣੇ ਆ ਉਹ ਰੋਸਟ ਕਰਾਂਗੇ। ਆ ਦੇਖੋ ਜੀ ਸਭ ਤੋਂ ਪਹਿਲੇ 2 ਚਮਚ ਅਸੀਂ ਧਨੀਆ ਸੀਡਸ ਲਏ ਹਾਂ, 2 ਚਮਚ ਜੀਰਾ ਸੀਡਸ ਅਤੇ 2 ਅਸੀਂ ਲਾਲ ਮਿਰਚਾਂ ਸੁੱਕੀਆਂ ਲਈਆਂ ਅਤੇ 2 ਚਮਚ ਸੌਂਫ ਦੇ ਲਏ। ਇਹਨਾਂ ਨੂੰ ਅੱਛੀ ਤਰ੍ਹਾਂ ਅਸੀਂ ਰੋਸਟ ਕਰਾਂਗੇ। ਰੋਸਟ ਕਰਨ ਤੋਂ ਬਾਅਦ ਗਰਾਈਂਡਰ 'ਚ ਇਹਦਾ ਅਸੀਂ ਪਾਊਡਰ ਬਣਾਵਾਂਗੇ। ਇਹ ਅੱਛੀ ਤਰ੍ਹਾਂ ਰੋਸਟ ਹੋ ਗਿਆ ਜੀ। ਇਹ ਜਦੋਂ ਠੰਡਾ ਹੋਏਗਾ ਇਹਨੂੰ ਗਰਾਈਂਡਰ 'ਚ ਅਸੀਂ ਇਹਦਾ ਪਾਊਡਰ ਬਣਾਵਾਂਗੇ। ਇਹ ਦੇਖੋ ਜੀ ਗਰਾਈਂਡਰ 'ਚ ਅਸੀਂ ਇਹਨੂੰ ਪਾਊਡਰ ਬਣਾਉਣ ਲੱਗੇ ਜੀ। ਇਹ ਦੇਖੋ ਜੀ ਸਾਡਾ ਸਾਰੇ ਮਸਾਲਿਆਂ ਦਾ ਪਾਊਡਰ ਬਣ ਗਿਆ। 10 ਮਿੰਟ ਸਾਨੂੰ ਹੋ ਗਏ ਜੀ ਕੁੱਕ ਕਰਦੇ ਅਤੇ ਇਹਦੇ 'ਚ ਹੁਣ ਅਸੀਂ ਨਮਕ ਐਡ ਕਰਾਂਗੇ। 1 ਛੋਟਾ ਚਮਚ ਨਮਕ, ਹਲਦੀ, ਅਤੇ ਲਾਲ ਮਿਰਚ, ਕਸ਼ਮੀਰੀ ਲਾਲ ਮਿਰਚ। ਇਹ 3 ਚੀਜ਼ਾਂ ਅਸੀਂ ਐਡ ਕਰ ਦੇਣੀਆਂ। ਇਹ ਤੁਸੀਂ ਕਹਿ ਸਕਦੇ ਹੋ ਵੀ ਆਪਣੇ 1.25 ਚਮਚ ਦੇ ਵਿੱਚ ਵਿੱਚ ਛੋਟੇ ਸੀ ਹੈ ਅਤੇ ਆਪਾਂ ਟੇਸਟ ਮੁਤਾਬਕ ਤੁਸੀਂ ਘੱਟ ਵੱਧ ਪਾ ਸਕਦੇ ਹੋ। ਅਤੇ ਇਸ ਤਰ੍ਹਾਂ ਇਹਨੂੰ ਮੀਡੀਅਮ ਫਲੇਮ 'ਤੇ ਇਹਨੂੰ ਅਸੀਂ ਰੱਖੀ ਰੱਖਣਾ ਜੀ, ਨਾਲੇ ਗਾੜਾ ਵੀ ਹੁੰਦਾ ਜਾਏਗਾ ਅਤੇ ਅੰਬ ਗਲ ਵੀ ਜਾਣਗੇ। 75% ਦੇਖੋ ਜੀ ਕੁੱਕ ਹੋ ਚੁੱਕਿਆ। ਹੁਣ ਜੀਰਾ, ਧਨੀਆ ਅਤੇ ਸੌਂਫ ਦਾ ਜਿਹੜਾ ਅਸੀਂ ਰੋਸਟਿਡ ਪਾਊਡਰ ਬਣਾਇਆ ਸੀ ਉਹ ਅਸੀਂ ਐਡ ਕਰ ਦੇਣਾ। ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਅਤੇ ਉਸ ਤੋਂ ਬਾਅਦ ਹੁਣ ਇਹਨੂੰ ਫਿਰ 25% ਦੀ ਕਸਰ ਰਹਿ ਗਈ ਅਤੇ ਇਹਨੂੰ ਅਸੀਂ ਕੁੱਕ ਕਰਾਂਗੇ। ਪੂਰਾ ਸਟਿੱਕੀ ਫੋਰਮ 'ਚ ਅਸੀਂ ਲੈ ਕੇ ਆਉਣਾ ਹੈ। ਭਾਈ ਬਹੁਤ ਸੋਹਣਾ ਕਲਰ ਬਣ ਰਿਹਾ। ਇਹਦਾ ਨਾ ਮਿੱਠਾ ਅਚਾਰ ਹੈ, ਬਹੁਤ ਲੰਬੇ ਸਮੇਂ ਤੱਕ ਚੱਲਦਾ ਜੀ, ਬਹੁਤ ਸਵਾਦ ਹੁੰਦਾ ਉਹ, ਬਹੁਤ ਹਾਜ਼ਮੇਦਾਰ ਹੁੰਦਾ ਹੈ। ਦੇਖੋ ਜੀ ਕਾਫੀ ਗਾੜਾ ਹੋ ਚੁੱਕਾ ਜੀ ਅਤੇ ਅਸੀਂ ਹੁਣ ਸਿਰਕਾ ਪਾਉਣ ਲੱਗੇ ਹਾਂ। 1 ਟੇਬਲ ਸਪੂਨ ਅਸੀਂ ਸਿਰਕਾ ਪਾਉਣਾ ਇਹਦੇ 'ਚ। ਸਿਰਕਾ ਪਾਉਣ ਦੀ ਨਾਲਾ ਇਹ ਫਾਇਦਾ ਵੀ ਇਹ ਖਰਾਬ ਨਹੀਂ ਹੋਏਗਾ, ਕਿਉਂਕਿ ਕਾਫੀ ਲੰਬੇ ਸਮੇਂ ਤੱਕ ਚੱਲਣ ਵਾਲਾ ਇਹ ਅਚਾਰ ਹੈ, ਇਹ ਖਰਾਬ ਨਹੀਂ ਹੋਏਗਾ। ਸਵੀਟ ਐਂਡ ਸਪਾਈਸੀ ਰਾ ਮੈਂਗੋ ਪਿਕਲ ਬਣ ਕੇ ਸਾਡਾ ਬਿਲਕੁਲ ਤਿਆਰ ਹੈ। ਅਸੀਂ ਗੈਸ ਬੰਦ ਕਰਨ ਲੱਗੇ ਹਾਂ ਅਤੇ ਜਦੋਂ ਠੰਡਾ ਹੋਏਗਾ ਉਦੋਂ ਅਸੀਂ ਇਹਨੂੰ ਸ਼ਿਫਟ ਕਰਾਂਗੇ। ਕੱਚੇ ਅੰਬ ਦਾ ਮਿੱਠਾ ਅਚਾਰ ਦੇਖੋ ਜੀ ਸਾਡਾ ਬਣ ਕੇ ਤਿਆਰ ਹੈ, ਉਹ ਠੰਡਾ ਹੋ ਗਿਆ ਅਤੇ ਕਿਸੇ ਵੀ ਚੀਜ਼ 'ਚ ਤੁਸੀਂ ਇਹਨੂੰ ਸ਼ਿਫਟ ਕਰਕੇ ਰੱਖ ਸਕਦੇ ਹੋ, ਚਾਹੇ ਬਾਊਲ 'ਚ ਕੱਢ ਲਓ ਚਾਹੇ ਜਾਰ 'ਚ ਕੱਢ ਲਓ ਅਤੇ ਲੰਬੇ ਸਮੇਂ ਤੱਕ ਇਹਦਾ ਯੂਜ਼ ਕਰ ਸਕਦੇ ਹੋ। ਕੱਚੇ ਅੰਬ ਦਾ ਮਿੱਠਾ ਅਚਾਰ ਬਣ ਕੇ ਸਾਡਾ ਬਿਲਕੁਲ ਤਿਆਰ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ। ਇੱਕ ਵਾਰੀ ਬਣਾ ਕੇ ਦੇਖੋ ਔਰ ਕਮੈਂਟ ਬਾਕਸ 'ਚ ਆਪਣੇ ਕਮੈਂਟ ਜ਼ਰੂਰ ਦਿਓ ਕਿ ਤੁਹਾਨੂੰ ਕੈਸਾ ਲੱਗਿਆ। ਥੈਂਕ ਯੂ ਵੈਰੀ ਮੱਚ।